सलाम अलैकुम सत श्री अकाल प्रणाम दोस्तों असीं अज एक पिंड च आए हां इत्थे ए पिंड विच बड़ी दर्दनाक कहानी देखण नूं मिली आ तीन बच्चे आ जी ते तीन ही एबनॉर्मल नवीने आ एक बच्ची बैठी है जी इहनूं भी नज़र नहीं आता हैगा तुसीं वालदा इहनां दी आ एक मुंडा आ ये भी अल्लाह की तरफों ही नबीना आ एक आ कुड़ी आ हालात भी पूरे पूरे आ सामने नज़र आ रहे आ एक छोटा जिहा घर आ डेढ़ कु महल्ले का ठीक आ ओहदे विच इह अपनी जिंदगी गुजार रहे ते अपने तुहाडे घर वाला है नहीं गा किन्ने साल हो गए ਕੰਮ ਕੀ ਕਰਦਾ ਸੀ ਪਹਿਲੇ ਉਹ ਕੁਛ ਵੀ ਨਹੀਂ ਬਿਮਾਰ ਰਹਿੰਦਾ ਸੀ ਅੱਛਾ ਉਹ ਵੀ ਬਿਮਾਰ ਸੀ ਉਹਦੇ ਤੇ ਵੀ ਯਾਨੀ ਖਰਚਾ ਜ਼ਹਿਮਤ ਦਾ ਲੱਗਾ ਤੁਹਾਡੇ ਤੇ ਠੀਕ ਹਾਂਜੀ ਇੱਕ ਬੇਟਾ ਵਾ ਉਹ ਵਿਆਹਿਆ ਵਾ ਸ਼ਾਦੀਸ਼ੁਦਾ ਵਾ ਅੱਛਾ ਤੇ ਨੀ ਇਹਨਾਂ ਕ
ਤੁਸੀਂ ਅੰਦਾਜ਼ਾ ਲਗਾ ਸਕਦੇ ਆ ਬਾਲਗ ਹੋਏ ਆ ਕਈ ਚੀਜ਼ਾਂ ਮਤਲਬ ਜਿਹੜੀਆਂ ਮਾਂ ਬਾਪ ਹੀ ਕਰ ਸਕਦੇ ਆ ਅਤੇ ਉਹ ਸਾਹਮਣਾ ਬਹੁਤ ਔਖਾ ਆ। ਦੇਖੋ ਜੀ ਬਗਾਨਾ ਤਾਂ ਨਹੀਂ ਸਾਂਭਦਾ, ਜੇ ਫਰਜ਼ ਕਰ ਲਓ ਤੁਸੀਂ ਕਹੋ ਵੀ ਇਹਦੀ ਭਰਜਾਈ ਆ ਕੁੜੀਆਂ ਨੂੰ ਦੋਵਾਂ ਨੂੰ ਸਾਂਭ ਲਓ ਜਾਂ ਮੁੰਡੇ ਨੂੰ, ਨਹੀਂ ਉਹਨੇ ਕਿੱਥੇ ਸਾਂਭਣਾ, ਅਤੇ ਇਹ ਤਾਂ ਤੁਹਾਡੇ ਨਾਲ ਹੀ ਆ। ਅਤੇ ਇਹ ਦੇਖੋ ਵੀ ਬਸ ਜ਼ਿੰਦਗੀ ਮੌਤ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ, ਸਾਨੂੰ ਆਪਣਾ ਨਹੀਂ ਪਤਾ ਵੀ ਅਸੀਂ ਅਗਲਾ ਪਲ ਸਾਡਾ ਆਉਣਾ ਕਿ ਨਹੀਂ ਆਉਣਾ, ਲੇਕਿਨ ਜਿਹੜਾ ਦੁਨੀਆਂ ਦਾ ਤਕਾਜ਼ਾ ਉਹਦੇ ਵਿੱਚ ਤਾਂ ਫਿਰ ਇਹ ਆ ਕਿ ਅਗਰ ਸੋਚਿਆ ਜਾਵੇ ਤਾਂ ਤੁਹਾਡੇ ਤੋਂ ਬਗੈਰ ਤਾਂ ਫਿਰ ਬਾਅਦ ਦੇ ਵਿੱਚ ਇਹਨਾਂ ਦਾ ਬਹੁਤ ਮਸਾਇਲ ਪੈਦਾ ਹੋ ਜਾਣੇ ਆ। ਕੀ ਫਿਰ ਹੁਣ ਇੱਦਾਂ ਹੀ ਆ ਨਾ, ਇਹ ਤਾਂ ਹੁਣ ਭਰਾ ਭਰਜਾਈਆਂ ਦੀ ਮਿਹਰਬਾਨੀ ਆ ਜਿਹੜੇ ਗੱਲ ਨਾਲ ਲਾ ਲਈ ਮਿਹਰਬਾਨੀ ਜੀ, ਇਹ ਤਾਂ ਨਹੀਂ ਤੇ ਕੋਈ ਗੱਲ ਨਹੀਂ ਕਿਹਾ, ਨਹੀਂ ਕੁਛ ਨਹੀਂ ਕਿਹਾ ਜਾਂਦਾ ਜੀ। ਅੱਲਾ ਪਾਕ ਇਹਨਾਂ ਨੂੰ ਹਦਾਇਤ ਦੇਵੇ, ਖਿਆਲ ਕਰਨ ਵੀ ਉਹਨਾਂ ਦਾ ਹਜੇ ਚੁੱਕੀ ਥੱਲੀ ਫਿਰਦੀਆਂ ਵਾ, ਚੁੱਕੀ ਥੱਲੀ ਫਿਰਦੀ, ਸਹੀ ਗੱਲ ਆ, ਆਪ ਮੈਂ ਠੀਕ ਦੇਂਗੇ। ਪਦੇਸ਼ੀ ਖਾਲਾਂ ਜੀ ਇਸੇ ਤਰ੍ਹਾਂ ਹੀ ਆ, 3 ਕੁ ਮਹੀਨਿਆਂ ਦੇ ਹੁੰਦੇ ਸੀ ਜਦੋਂ ਇਦਾਂ ਹੋ ਜਾਂਦੇ ਸੀ। 3 ਕੁ ਮਹੀਨਿਆਂ ਬਾਅਦ ਜਾਣੀ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਕੋਈ ਸਮਝ ਹੀ ਨਹੀਂ। ਤੁਹਾਨੂੰ ਕਿੱਦਾਂ ਪਤਾ ਲੱਗਦਾ ਸੀ ਵੀ ਹੁਣ ਨਹੀਂ ਇਹ ਦੇਖ ਸਕਦੇ? ਮਸਰਾਂ ਦੇ ਦਾਣੇ ਵਾਂਗੂ ਝੱਲੀ ਜੀ ਚੜ੍ਹਦੀ ਚੜ੍ਹਦੀ ਚੜ੍ਹ ਜਾਣਾ, ਕੋਈ ਤੁਰਤ ਆ ਜਾਣੀ, ਇਹਨਾਂ ਦੇ ਵੱਡਿਆਂ ਨੇ ਇਲਾਜ ਦਾ ਕਰਾਇਆ, ਕੋਈ ਨਹੀਂ ਇੰਨੇ ਯੋਗੇ ਨਹੀਂ ਹੋਣੇ ਵਿਚਾਰੇ, ਕੀ ਇਲਾਜ ਕਰਾਉਂਦੇ, ਕੋਈ ਫਰਕ ਨਹੀਂ ਪਿਆ। ਅੱਛਾ, ਕੱਲਾਂ ਇਹ ਆਪਣੇ ਖਾਨਦਾਨ ਚ ਪਹਿਲੇ ਵੀ ਕੁਛ ਸੀਗਾ? ਨਾ, ਸਾਡੇ ਤਾਂ ਜਦ ਦੇ ਪੁੱਛੀ ਕਿ ਹੈ ਹੀ ਨਹੀਂ ਸੀ, ਨਾ ਸਹੁਰਿਆਂ ਚੋਂ ਨਾ ਮਾਪਿਆਂ ਚੋਂ। ਅੱਛਾ, ਇਹ ਜਿਹੜੀ ਬੱਚੀ ਇਹਦੀ ਕਿੰਨੀ ਉਮਰ ਆ? ਇਹ ਸਾਰਿਆਂ ਤੋਂ ਵੱਡੀ ਆ ਭਾਜੀ। ਅੱਛਾ, ਕਿੰਨੀ ਕੁ ਉਮਰ ਹੋਊਗੀ? ਕਿੰਨੇ ਕਿੰਨੇ ਕਿ ਹੋ 40 ਸਾਲ ਦੀ, 40 ਸਾਲ ਦੀ ਹੈਗੀ ਆ। ਤੇ ਆਹ ਜਿਹੜੀ ਛੋਟੀ, ਇਹ ਹੁਣ ਭਾਜੀ ਇਹਨਾਂ ਦੋ ਬੱਚਿਆਂ ਤੋਂ ਛੋਟੇ ਆ। ਅੱਛਾ ਅੱਛਾ, ਠੀਕ ਆ। ਆ 25ਵੇਂ ਸਾਲ ਚ ਮੁੰਡਾ ਆ। ਆ ਵੀ ਤੁਹਾਡੀ ਬੇਟੀ ਆ? ਨਹੀਂ, ਇਹ 9ਵਾਂ ਆ। ਅੱਛਾ, ਇਹ 9ਵਾਂ? ਉਹ ਵੀ 9ਵਾਂ, ਉਹ ਵੀ 9ਵਾਂ। ਅੱਛਾ, ਇਹ ਵੀ ਬੱਚੀਆਂ ਮੇਰੀਆਂ ਆਹ ਹੀ ਆ, ਇੱਕ ਠੀਕ ਸੀਗੀ, ਉਹਨਾਂ ਦਾ ਬਾਪ ਸ਼ਾਦੀਸ਼ੁਦਾ ਕਰ ਗਿਆ ਵੀ। ਅੱਛਾ, ਉਹਦੀ ਸ਼ਾਦੀ ਹੋ ਗਈ। 3 ਠੀਕ ਆ ਬੱਚੇ, 3 ਇਦਾਂ ਦੇ। 3 ਬੱਚੇ ਤੁਹਾਡੇ ਨੋਰਮਲ ਆ, 3 ਠੀਕ ਆ? ਹਾਂਜੀ, ਠੀਕ ਆ। ਉਹ ਆਪਣੇ ਘਰ ਬਾਹਰ ਆ। ਅੱਛਾ, ਦੇਖੋ ਜੀ ਅੱਲਾ ਪਾਕ ਦੇ ਬਣਾਏ ਹੋਏ ਜਿਹੜੇ ਇਨਸਾਨ ਆ ਉਹਨਾਂ ਨੇ ਮਨ ਮੇਰ ਪੈ ਕੇ ਉਹਨਾਂ ਨੂੰ ਤੁਹਾਡੀ ਫਿਰ ਹੈਲਪ ਕਰਨਗੇ, ਅਤੇ ਤੁਹਾਡਾ ਜਿਹੜਾ ਪੈਗਾਮ, ਤੁਹਾਡਾ ਜਿਹੜੀ ਹਾਲ ਹਾਲਾਤ ਅਸੀਂ ਰਿਕਾਰਡ ਕਰ ਲਏ ਆ, ਅਤੇ ਉਮੀਦ ਕਰਦੇ ਹਾਂ ਕੋਈ ਅੱਲਾ ਦਾ ਨੇਕ ਬੰਦਾ ਜਿਹੜਾ, ਬਲਕਿ ਯਕੀਨਨ ਪਹਿਲੇ ਕਦੇ ਇੱਦਾਂ ਹੋਇਆ ਨਹੀਂ ਵੀ ਕਿਸੇ ਇਸ ਤਰ੍ਹਾਂ ਦੀ ਕਹਾਣੀ ਪੇਸ਼ ਕੀਤੀ ਹੋਵੇ ਤਾਂ ਉਹ ਅਮਦਾਦ ਤੋਂ ਖਾਲੀ ਰਹਿ ਗਿਆ ਹੋਵੇ। ਜਿਹੜੇ ਅੱਲਾ ਦੇ ਬੰਦੇ ਨੇਕ ਬੰਦੇ ਆ ਉਹ ਲਾਜ਼ਮੀ ਕਰਨਗੇ, ਤਾਂ ਤੁਹਾਡੇ ਹਾਲਾਤ ਤਾਂ ਰੱਬ ਨੇ ਬਦਲਣੇ ਆ, ਲੇਕਿਨ ਚਲੋ ਕੁਛ ਆਸਰਾ ਹੋ ਜਾਏਗਾ। ਇਹਨਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਹੁਣ ਇਲਾਜ ਦੀ ਤਾਂ ਬੱਤੋਂ ਲੰਘ ਗਏ ਆ ਇਹ। ਨਹੀਂ ਭਾਜੀ, ਅਸੀਂ ਇਲਾਜ ਵਾਲਾ ਕੋਈ ਦਮ ਦਰੂਦ ਵਾਲਾ ਨਹੀਂ ਛੱਡਿਆ, ਨਹੀਂ ਦਮਾਂ ਦਰੂਦਾਂ ਨਾਲ ਕਿੱਥੇ, ਚਲੋ ਰੱਬ ਦੇ ਕਲਾਮ 'ਚ ਬਹੁਤ ਤਾਕਤ ਆ, ਪਰ ਜਿਹੜਾ ਮੈਡੀਕਲ ਦਾ ਇਲਾਜ ਆ ਉਹ ਫਿਰ ਮੈਡੀਕਲ ਨਾਲ ਹੀ ਹੋਣਾ ਨਾ। ਇਹਨਾਂ ਨੂੰ ਤਾਂ ਕਿਤੇ ਉਹ ਮੋਤੀਆ ਉਤਰਿਆ ਹੋਣਾ ਨਾ, ਮੋਤੀਆ, ਹਾਂਜੀ ਮੋਤੀਆ ਕਹਿੰਦੇ ਕਾਲਾ ਮੋਤੀਆ,
ਉਹਦੇ ਨਾਲ ਇਹਨਾਂ ਦੀ ਫਿਰ ਤਿੰਨਾਂ ਦੀ ਨਜ਼ਰ ਚਲੀ ਗਈ। ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਲੋਕ ਦੇਖਦੇ ਆ ਸਾਨੂੰ ਵਾਸਤੇ ਮਦਦ ਕਰਦੇ ਹਾਂ ਅਤੇ ਅਸੀਂ ਇਹਨਾਂ ਬੱਚਿਆਂ ਦਾ ਤਾਮਲ ਕਰਿਆ ਕਰਾਂਗੇ ਇਹਨਾਂ ਨੂੰ। ਠੀਕ ਹੈ। ਘਰ ਦਾ ਸਾਡੇ ਬਾਥਰੂਮ ਵੀ ਭਾਅ ਜੀ ਹੈ ਨਹੀਂ ਜੀ। ਬਾਥਰੂਮ ਵੀ ਨਹੀਂ ਹੈਗਾ। ਦੇਖੋ ਕਿਹੜਾ ਦੌਰ ਜਾਣ ਡਿਆ ਆ। ਜਦੋਂ ਲੋਕ ਬਾਹਰ ਖੜਨਾ ਬੜਾ ਮਜ਼ਬੂਰ ਬੜਾ ਔਖਾ ਆ, ਨਜ਼ਰ ਨਹੀਂ ਆਉਂਦਾ ਆ। 600-700 ਰੁਪਇਆ ਦਿਹਾੜੀ ਲਿਆਉਂਦੇ, ਆਪਣੀ ਕਬੀਲਦਾਰੀ ਵੀ ਇੰਨੀ ਜਿੱਠ ਹੁੰਦੀ ਸੀ। ਰੋਟੀ ਪਾਣੀ ਨਹੀਂ ਚੱਲਦਾ ਹੈਗਾ। ਇਹਨਾਂ ਨੂੰ ਕੌਣ ਸਾਂਭੇਗਾ? ਨਹੀਂ ਜੀ, ਔਖਾ ਆ। ਹਾਂ ਗੱਲ ਆ। ਦੇਖ ਲਓ ਜੀ, ਅੱਜ ਇਹ ਦੌਰ ਉਹ ਆ ਵੀ ਜਿਹੜੇ ਘਰਾਂ ਵਿੱਚ ਲੋਕ ਲੱਖਾਂ ਰੁਪਇਆ ਬਾਥਰੂਮ 'ਤੇ ਲਾਉਂਦੇ ਆ, ਇੱਥੇ ਇੱਕ ਵੀ ਬਾਥਰੂਮ ਨਹੀਂ ਹੈਗਾ ਆ। ਮਤਲਬ ਖੁਰਾ ਹੈਗਾ ਇਕੱਲਾ, ਲੇਕਿਨ ਅਗਰ ਤੁਸੀਂ ਬਾਹਰ ਫਸਲ ਟੋਇਲਟ ਦੀ ਗੱਲ ਕਰੀਏ ਤਾਂ ਉਹ ਨਹੀਂ ਹੈਗਾ। ਉਹ ਬਾਹਰ ਲੈ ਕੇ ਫਸਲਾਂ ਜਾਣਾ ਪੈਂਦਾ, ਔਰ ਇਸ ਤਰ੍ਹਾਂ ਨਵੀਨੇ ਬੱਚਿਆਂ ਨੂੰ ਲਿਆ ਕੇ ਜਾਣਾ ਕਿੱਡਾ ਮੁਸ਼ਕਲ ਆ। ਕੋਈ ਮੁਹੱਈਆ ਹਜ਼ਰਾਤ ਦੇ ਵਿੱਚ ਇਹ ਤਾਂ ਜ਼ਰੂਰ ਕਰਨਗੇ, ਚਲੋ ਕੁਛ ਨਹੀਂ ਕੁਛ ਇਹਨਾਂ ਦੀ ਲੈਟਰੀਨ ਵਗੈਰਾ ਤਾਂ ਬਣੇ ਨਾ, ਕਿ ਇਹਨਾਂ ਨੂੰ ਜਿਹੜੀ ਬਾਹਰ ਲਿਜਾਣ ਵਾਲੀ ਮੁਸੀਬਤ ਇੰਨੀ ਕੁ ਤਾਂ ਆਸਾਨੀ ਆਪਾਂ ਇਹਨਾਂ ਲਈ ਪੈਦਾ ਕਰ ਸਕਦੇ ਹਾਂ ਕਿ ਜਿਹੜਾ ਇਹਨਾਂ ਦਾ ਬਾਹਰ ਜਾਣ ਦਾ ਆਪਣਾ ਮੁਸੀਬਤ ਆ ਉਹ ਤੋਂ ਬਚ ਸਕਣ। ਥੋੜ੍ਹਾ ਜਿਹਾ ਰਾਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਕਬੂਲ ਕਰੋ ਅਤੇ ਬਾਕੀ ਜਿਸ ਤਰ੍ਹਾਂ ਵੀ ਕੋਈ ਆਉਂਦੀ ਹੈ ਤੁਹਾਡੀ ਹੈਲਪ ਉਹ ਵੀ ਤੁਹਾਡੇ ਤੱਕ ਪਹੁੰਚਦੀ ਕਰ ਦਿਆਂਗੇ ਜੀ। ਇਹਦੇ ਵਿੱਚ ਦਾਲ, ਚੀਨੀ, ਦਾਲਾਂ ਕਈ ਕਿਸਮ ਦੀਆਂ, ਪੱਤੀ, ਮਿਰਚ, ਹਲਦੀ, ਚੌਲ, ਜੋ ਵੀ ਜ਼ਰੂਰਤ ਦੀਆਂ ਮਹੀਨੇ ਵਿੱਚ ਇਸਤੇਮਾਲ ਤੁਹਾਡਾ ਆਸਾਨੀ ਨਾਲ ਲੰਘ ਜਾਏਗਾ। ਇਹਦੇ ਨਾਲ ਘੇ ਦੇ ਪੈਕਟ ਆ,